ਆਨੀਆਂ ਦਾ ਖਰਜਾਤ ਮੰਗਨੇ ਆਜ਼ਮੋਨੀ ਦਾ ਰੁਆਇਆ ਜ਼ਾਗਰੀਨ ਦੀ ਪੜ੍ਹਾਈ ਮੇਰੇ ਨਾ ਚੀਜ਼ ਦੀ ਪੜ੍ਹਾਈ ਮੇਰਾ ਲਾਤ ਵਾਸਤੇ ਆਪਣੀ ਇੱਜ਼ਤ ਦਾ ਵਾਸਤੇ ਚੌਥਨ ਦੀ ਇੱਜ਼ਤ ਦਾ ਮੇਰਾ ਅੱਲਾਹ ਆਪਣੇ ਦਰਬਾਰ ਵਿੱਚ ਕਬੂਲ ਅਤੇ ਮਨਜ਼ੂਰ ਅਤਾ ਫਰਮਾ ਆਮੀਨ ਦੀ ਜ਼ਹਿਨ ਜ਼ਰੂਰ ਫਰਮਾਓ ਦੁਆਵਾਂ ਦੇ ਕਬੂਲ ਹੋਣ ਦੀ ਜਾ ਹੈ ਮਜਲਿਸ ਹੁਸੈਨ ਵੀ ਜਿਹੜੀ ਦੁਆ ਹਜਤ ਨਾ ਕਬੂਲ ਹੋਵੇ ਉਹ ਹੁਸੈਨ ਦੀ ਮਜਲਿਸ ਵਿੱਚ ਕਬੂਲ ਹੁੰਦੀ ਕਰੋ ਸਵਾਲ ਤੇ ਯਾਦ ਰੱਖੇ ਜ਼ਮਾਨਾ ਹਜ ਬਚਾਵਾਂ ਨਾਲ ਦਾ ਨਾਮ ਹੁਸੈਨ ਜਿਤਨੇ ਜਵਾਨ ਬਜ਼ੁਰਗ ਤਸ਼ਰੀਫ ਫਰਮਾਉਣ ਜਿਤਨੀਆਂ ਮੇਰੀਆਂ ਮਾਵਾਂ ਭੈਣਾਂ ਤਸ਼ਰੀਫ ਫਰਮਾਉਣ ਤੁਹਾਡੇ ਹੱਕ ਵਿੱਚ ਬੜੀ ਦੁਆ ਕਰਕੇ ਜਾ ਰਹੇ ਹਾਂ ਖੁਤਬਾ ਖਤਮ ਮੇਰਾ ਅੱਲਾਹ ਤੈਨੂੰ ਵਾਸਤੇ ਸ਼ਬੀਰ ਦੇ ਆਖਰੀ ਸਾਹਿਬਾ ਮੇਰਾ ਅੱਲਾਹ ਜਿਤਨੇ ਮੋਮਿਨ ਇਹ ਬੈਠੇ ਮੇਰਾ ਅੱਲਾਹ ਇਹਨਾਂ ਨੂੰ ਉਸ ਵੇਲੇ ਤੱਕ ਮੌਤ ਨਾ ਆਵੇ ਜਦ ਤੱਕ ਵੰਜ ਕੇ ਉਹ ਬਾਜ਼ਾਰ ਨਾ ਵੇਖਣ ਜਿਸ ਬਾਜ਼ਾਰ ਚ ਜ਼ੈਨਬ ਬਹਿਵੇ ਕੇ ਟੁਰਦੀ ਨਹੀਂ ਆ ਅੱਲਾਹ ਤੇਰੀ ਹੈ ਕਬੂਲ ਫਰਮਾਵੇ ਮੈਂ ਇੱਕ ਸਕਿੰਟ ਨਹੀਂ ਜ਼ਾਇਆ ਕੀਤਾ ਪਹਿਰੇਦਾਰ ਦਾ ਨਾਂ ਗਾਜ਼ੀਆ ਲੋੜ ਆਵੇ ਉਹ ਜਦੋਂ ਉਜੜੀਏ ਹਰ ਬਾਜ਼ਾਰ ਮੂੰਹ ਤੇ ਮਾਤਮ ਕਰਕੇ ਆਉਂਦੀ ਆਈ ਮੁਸਲਮਾਨੋ ਹਯਾ ਕਰੋ ਜ਼ਹਰਾ ਦੀਆਂ ਅੱਲਾ ਤੇਰੀ ਹੈ ਕਬੂਲ ਫਰਮਾਵੇ ਕਿਬਲਾ ਬਾਨੀ ਦਾ ਕੰਮ ਹੁੰਦਾ ਹੈ ਥੂੜੀ ਵਿਛਾ ਦੇਣਾ ਜ਼ਾਕਿਰ ਦਾ ਕੰਮ ਹੁੰਦਾ ਹੈ ਵਾਕਿਆ ਬੁਰਾ ਤੇ ਸਵਾਬ ਪੈਦਾ ਕਰ ਦੇਣਾ ਨਾ ਹੰਜ ਤੁਹਾਡੇ ਵਾਸਤੇ ਚ ਨਾ ਮੇਰੇ ਵਾਸਤੇ ਚ ਲੋਰਾ ਲਿਓ ਹੰਜ ਹੁਸੈਨ ਦੇ ਹੱਥ ਚ ਜਿਹਨੂੰ 72 ਜਨਾਜ਼ੇ ਦੇ ਇੱਕ ਬੈਠ ਦੀ ਇਜਾਜ਼ਤ ਮਿਲੀ ਆ ਜਿਹੜੀ ਰੋ ਰੋ ਕੇ ਆਉਂਦੀ ਆਈ ਮੈਂ ਕਿੱਥੇ ਕਿੱਥੇ ਰੋਵਾਂ ਹੁਣ ਜਿਹੜਾ ਵੀ ਬੰਦਾ ਆਖੇ ਮੈਂ ਆਇਆ ਮਜਲਿਸ ਚ ਕਿਬਲਾ ਤੇ ਮੇਰੀ ਹੈ ਨਹੀਂ ਨਿਕਲੀ ਇਸ ਦੀ ਵਜ੍ਹਾ ਨਾ ਸੁੰਨੀ ਨਾ ਸ਼ੀਆ ਨਾ ਜਵਾਨੀ ਚੰਦ ਮਿੰਟ ਉਹਨਾਂ ਦਾ ਜ਼ਿਕਰ ਸੁਣੋ ਜਿਨ੍ਹਾਂ ਦੇ ਜਿੰਦਰੇ ਲੱਗੇ ਤੇ ਚਾਬੀਆਂ ਨਾ ਲੱਭੀਆਂ ਅੱਲਾ ਤੇਰੀ ਹੈ ਕਬੂਲ ਫਰਮਾਵੇ ਹਰ ਅੱਖ ਨਹੀਂ ਹੋ ਸਕਦੀ ਬੇਹਯਾ ਨੂੰ ਕਿਆ ਪਤਾ ਅਲੀ ਦੀ ਧੀ ਕਿਵੇਂ ਲੁੱਟੀਂਦੀ ਰਹੀ ਹਯਾ ਨਾ ਲਾਉਂਦਾ ਬੰਦਾ ਬਸ ਦੋ ਮਿੰਟ ਮਿੰਬਰ ਭਾਈਓ ਦੇ ਹਵਾਲੇ ਜ਼ਿਆਦਾ ਪੜ੍ਹਨਾ ਕੋਈ ਜ਼ਾਕਰੀ ਨਹੀਂ ਮਕਸਦ ਹਾਜ਼ਰੀ ਇਸ ਗੱਲ ਦਾ ਖੁਦ ਅੱਲਾ ਜ਼ਾਕਰੀ ਬੰਦਾ ਕੀ ਜ਼ਾਕਰੀ ਕਰ ਸਕਦਾ ਹੈ ਮੈਂ ਦੋ ਮਿੰਟ ਉਹਦੇ ਕਰਨਾ ਚਾਹੁੰਦਾ ਲੋਰ ਲਿਓ ਜਿਹਦੀ ਉਮਰ ਥੋੜੀ ਆਈ ਦੁੱਖ ਡੇਰਾ ਅੱਲਾ ਤੇਰੀ ਹੈ ਕਬੂਲ ਫਰਮਾਵੇ ਜਿਹਦੀ ਉਮਰ ਥੋੜੀ ਆਈ ਦੁੱਖ ਡੇਰਾ ਸੈਯਦ ਸਜਾਦ ਇੰਜੇ ਬਾਬੇ ਦਾ ਸੱਚਾ ਹੈ ਸੈਯਦ ਸਜਾਦ ਅੱਲਾ ਤੁਹਾਨੂੰ ਉਹ ਜਾ ਵਿਖਾਵੇ ਜਿਹੜੇ ਨਬੀ ਕਰੇ ਲਿਆਂਦੀ ਰਹੀ ਸਜਾਦ ਥਵਾ ਨਹੀਂ ਗੁਲਦੀ ਸਜਾਦ ਅਦੇ ਗੁਲਦੀ ਹੈ ਪਰ ਆਪਾਂ ਨੂੰ ਨਹੀਂ ਲੱਗਦੀ ਅੱਲਾ ਤੇਰੀ ਹੈ ਕਬੂਲ ਫਰਮਾਵੇ ਸੈਯਦ ਸਜਾਦ ਇੰਜੇ ਬਾਬੇ ਦਾ ਸੱਚਾ ਹੈ ਕਿ ਰੋ ਕੇ ਆਉਂਦਾ ਵੈਂਡ ਕਰਕੇ ਆਉਂਦਾ ਟਾਊਨਸ਼ਿਪ ਵਾਲੇ ਆਉਂਦਾ ਬਾਬਾ ਅੱਖਾਂ ਖੋਲ ਮੇਰੀ ਕਮਰ ਤੁਰਟ ਗਈ ਹੈ ਅੱਲਾ ਤੇਰੀ ਹੈ ਕਬੂਲ ਫਰਮਾਵੇ ਬਾਬਾ ਮੇਰਾ ਅੱਲਾ ਰਾਸੀ ਬਾਬਾ ਮੇਰਾ ਕਹਿਣ ਨੂੰ ਕੁਛ ਆਖਣ ਨਾ ਬਾਬਾ ਬਾਬਾ ਮੈਂ ਡੁਡੇਖ ਮੈਂ ਸਜਾਦਾ ਮੇਰੀ ਕਮਰ ਤੁਰਟ ਗਈ ਹੈ ਸੱਚਾ ਮਾਤਮੀ ਵੈਂਡ ਸੁਣਾਵਾ ਸਯਾਦਾ ਮੈਂ ਅੱਖਾਂ ਖੋਲ ਬੁੱਢੜਾ ਪੁੱਤਰ ਮਿਲਣਾ ਲੋਰਾ ਲੋ ਇਮਾਮ ਨੇ ਅੱਖਾਂ ਖੋਲੀਆਂ ਇਮਾਮ ਦੀਦ ਪਈ ਕਰੀਅਲ ਜਵਾਨ ਸਜਾਦ ਜਿੱਤੂ ਦਹਰ ਨਜ਼ਰ ਆਈਏ ਕੱਢੀਆਂ ਹੋਈਆਂ ਰੱਖਾਂ ਚ ਆਵਾਜ਼ ਆਇਆ ਹਰੇ ਸਜਾ ਜਵਾਨੀ ਚ ਬੁੱਢੜਾ ਕਿਵੇਂ ਹੋ ਗਿਆ ਸਈਆ ਦਾਦਾ ਅਗਰੀਆ ਸਲਾਲ ਅਗਰ ਤੁਹਾਡੇ ਬਿਗਰਾ ਹੁਸੈਨ ਦਾ ਆਵਾਜ਼ ਆਇਆ ਮੇਰੀ ਤਾਂ ਮਜਬੂਰੀ ਆ ਮੈਂ ਅਖਬਾਰ ਦੀ ਘਰ ਚੋਂ ਬੱਚੀ ਦਾ ਫਲ ਕੱਢਿਆ ਹਾ ਸਈਆ ਦਾਦਾ ਆਪਣੀ ਮਜਬੂਰੀ ਸੁਣਾਈਏ ਹੁਣ ਮੇਰੀ ਮਜਬੂਰੀ ਸੁਣ ਲੈ ਰੋ ਪਿਆਂ ਦਾ ਡਿੱਠੀ ਮਾਤਰ ਵੀ ਉਹ ਵਿੱਚ ਤੇ ਗੈਰ ਤਮੇ ਮੇਰੀਆਂ ਅੱਖੀਆਂ ਰੰਗ ਬਦਲਾਏ ਡਿੱਠੇ ਵੀਰ ਮਰਹਬਾ ਮਰਹਬਾ ਕੀ ਮਲਬ ਰਿਆ ਕਾ ਵੇਣ ਕਰ ਗਿਆ ਨਾ ਡਿੱਠੇ ਵੀਰ ਦੇ ਕਾਤਲੇ ਹਾਏ ਕੁਰਾਸੀਆਂ ਤੇ ਕਹੀਏ ਹੈਰਤ ਜਿਗਾ
ਨੂੰ ਖਾਏ ਗੱਲ ਮਾਤ ਮਿਲਾ ਲੈ ਵੈਰ ਕਰਕੇ ਆਂਦਾ ਜਿੱਥਾ ਦਾਗ ਮਿਟੀਦਾ ਮਰਹਬਾ ਮਰਹਬਾ ਜੀ ਮੇਰਾ ਗੁਰੀ ਆਂਦਾ ਜਿਹੜੇ ਵੇਲੇ ਭੈਣ ਦੀ ਰੀਤ ਪਈ ਹੈ ਸਕੀਨਾ ਦੇ ਹੱਥ ਪੱਤੇ ਹੋਇਆ ਤੇਰਾ ਦੇ ਫੋਲਾ ਕਿਆ ਦੀ ਅੱਲਾ ਦੇ ਨਾਮ ਤੇ ਦਸਾ ਦੀ ਦੀ ਮੁਲਾਕਾਤ ਤੇ ਕੌਣ ਆਇਆ ਹੈ ਅਕਬਰ ਵੀ ਆਇਆ ਜਾਂ ਚਾਚਾ ਗਾਂਧੀ ਆਇਆ ਜਾਂ ਮੇਰਾ ਅਮੀਰ ਬਾਬਾ ਹੁਸੈਨ ਆਇਆ ਹੈ ਸੈਯਦ ਆਲਮ ਹੁਸੈਨ ਦਾ ਜ਼ਰੂਰ ਆ ਮਗਰ ਮੇਰੇ ਨਾਲ ਵਾਦਾ ਕਰ ਜੋ ਸਬਰ ਕਰੇ ਸੇ ਅਲਾਰਾ ਨੂੰ ਚਵੇ ਕਰ ਗਿਆ ਵੀ ਮੈਂ ਸਾਡੇ ਦਿਨੀਆ ਮੈਂ ਇੰਜ ਸਬਰ ਕਰੇ ਜ਼ਾ ਸਾਰੀ ਜ਼ਿੰਦਗੀ ਤੇ ਰਸ਼ੀ ਯਾਰੋ ਮੇਰਾ ਸੇ ਹੈ ਮਾਤ ਨੇ ਜਵਾਨ ਨਾ ਹੋਦੀ ਕਿਵੇਂ ਨਾ ਮਰੇ ਜੇ ਵੀ ਜੋ ਵੀ ਇਸ ਕਟੇ ਦਾ ਸਾਰਾ ਤਾਡੇ ਦਾ ਆਇਆ ਹੋਵੇ ਰੋਵਾ ਨਾ ਲਿਓ ਹਲੀ ਦੀਆਂ ਧੀਆਂ ਦਾ ਪੱਥਰਾਂ ਦਾ ਮਾਤਮ ਕੀਤਾ ਤੇਰੇ ਵੇਲੇ ਧੀ ਵੀ ਜੋ ਵੀ ਇਸ ਤਾਬੇ ਦਾ ਸਾਰਾ ਆਇਆ ਹੈ ਹਾਂ ਨਾ ਲਾ ਗਿਆ ਵੀ ਇਹ ਰੁੱਖ ਸਾਰ ਗਵਾ مارچ روز اتوار علی رضا آباد علاقہ